ਸੰਜਖ ਖਬਰਾਂ 'ਚ ਤੁੰਦਾ ਸਵਾਗਤ ਮੁੱਖ ਮੁੱਖ ਖਬਰੇ ਕਰਨੇ ਮੈਂ ਸ਼ਿਵੀ ਸੂਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਰੇ ਬੰਗਲੌਰੂ 'ਚ ਬਰੋਦੀ ਪਾਰਟੀ ਦੀ ਬੈਠਕਾ ਉਪਰ ਅਮਲਾ ਬੋਲਦੀ ਹੋਈ ਇਸੀ ਭ੍ਰਸ਼ਟਾਚਾਰੀਆਂ ਦਾ ਘਾਟ ਚੋੜ ਦੱਸਿਆ ਪੁਨਛ ਜ਼ਿਲ੍ਹੇ 'ਚ ਅੱਜ ਵੱਡਲੇ ਸੁਰੱਖਿਆ ਬਲੇਕਰ ਨੇ ਉਹਦੇ ਟੱਕਰੇ 'ਚ ਚਾਰ ਆਤੰਕਵਾਦੀ ਮਾਰੇ ਗਏ ریاਸਤੀ ਜਾਂਚ ਏਜੰਸੀ ਅਸਿਆਂ ਦੱਖਣੀ ਕਸ਼ਮੀਰ ਦੇ ਤਰਾਉਂ ਜ਼ਿਲ੍ਹੇ 'ਚ ਸੰਜੇ ਸ਼ਰਮਾ ਅਤਿਆਦੇ ਮਾਮਲੇ ਦੀ ਜਾਂਚ ਤੇ ਚਲਦੇ ਛਾਪੇਮਾਰੀ ਕੀਤੀ ਗਈ ਤੇ ਉਧमपुर ਜ਼ਿਲ੍ਹੇ ਚ ਨਿਰਮਾਨ ਅਲੀਥਾਰਾ ਪਰ ਮੀਆਂ ਬਾਗ ਇਲਾਕੇ ਚ ਪੱਸੀਆ ਪਾਉਣੇ ਕਰੀ ਦੋ ਮਜ਼ੂਰੇ ਦੀ ਮੌਤ ਤੇ ਪੰਜ ਜ਼ਖਮੀ ਹੋਏਗੇ। ਓਹ ਖਬਰ ਦੀ ਤਫਸੀਲ ਨਿਰਮਲ ਵਿਕਰਮ ਕੋਲਾ। ਬੰਗਲੂਰੂ ਚ ਕਿਠਿਓ ਵਰਦੀ ਵਿਪਕਸ਼ੀ ਪਾਰਟੀਆਂ ਦੀ ਮੀਟਿੰਗ ਉੱਪਰ ਜ਼ਬਰਦਸਤ ਹਮਲਾ ਕਰਦੇ ਹੋਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਆਖਿਆ ਜੇ ਲੋਕਾਂ ਕੀ ਇਹ ਦੇਖਣਾ ਚਾਹੀਦਾ ਜੇ ਇਹ ਗਠਜੋੜ ਭ੍ਰਿਸ਼ਟਾਚਾਰੀਆਂ ਦਾ ਹੈ ਉਹਨੇ aarop ਲਾਇਆ ਜੇ ਸਭਾ ਪਾਰਟੀਆਂ ਇਸ ਕਰੀਆ ਕਿਠੀਆਂ ਹੋਈਆਂ ਨਾ ਕਿ ਜੇ ਉਹਦੇ ਭ੍ਰਿਸ਼ਟਾਚਾਰ ਕੀ ਉਜਾਗਰ ਕੀਤਾ ਜਾ ਰਦਾ ਹੈ ਪ੍ਰਧਾਨ ਮੰਤਰੀ ਹੋਰੇ ਅੱਜ ਅੰਡੇਮਾਨ ਨਿਕੋਬਾਰ ਦੀਪ ਚ ਪੋਰਟ ਬਲੇਅਰ ਚਸ ਵੀਰ ਸਵਰਕਰ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਏਕੀਕ੍ਰਿਤ ਟਰਮੀਨਲ ਇਮਾਰਤ ਦਾ ਉਦਘਾਟਨ ਕਰਦੋਈ ਵਰਚੁਅਲ ਮਾਧਿਅਮ ਕੰਨਾਂ ਆਮ ਲੋਕਾਂਗੇ ਸੰਬੋਧਿਤ ਕੀਤਾ ਇਸ ਮੌਕੇ ਉਨੇ ਆਖਿਆ ਜੇ 710 ਕਰੋੜ ਰੁਪਏ ਦੀ ਲਗਭਗ ਕੰਨ ਬਣੀ ਦੀ ਇਸ ਨਵੀਂ ਇਮਾਰਤ ਕੰਨ ਖੇਤੇ ਚ ਸੰਚਾਰ ਕੀ ਵਧਾਣੇ ਦੇ ਕੰਨ ਕੰਨ ਕੰਮ ਰੋਜ਼ਗਾਰ ਚ ਸਖਾਲ ਤੇ ਸੁਧਾਰ ਵੀ ਹੋਗ ਉਨੇ ਆਖਿਆ ਜੇ ਵਿਕਾਸ ਗਤੀਵਿਧੀਆਂ ਦੇ ਬਾਧੇ ਵਿਕਾਸ ਕਰਨਾ ਇਥੇ ਸੈਲਸਫਾ ਚ ਬੜਾ ਮਤਾਬਾਦ ਹੋਇਆ ਉਨੇ ਆਖਿਆ ਲੋਗ गा कुछ और रहे हैं हाल कुछ और है इन्होंने लेबल कुछ और लगाया हुआ है माल कुछ और है इनका प्रोडक्ट है 20 लाख करोड़ रुपए के घोटाले की गारंटी 20 लाख करोड़ रुपए के घोटाले की गारंटी साथियों इस बैठक की एक और खास बात है अगर कोई करोड़ों के घोटाले में जमानत पर है तो उसे बहुत सम्मान की नजर से देखा जाता है अगर पूरा का पूरा परिवार ही जमानत पर है तो उसकी और ज्यादा खातिरदारी होती है ਪੁੰਛ ਜ਼ਿਲ੍ਹੇ 'ਚ ਅੱਜ ਇੱਕ ਸਾਂਝੇ ਅਭਿਆਨ 'ਚ ਸੁਰੱਖਿਆ ਬਲਾਂ ਚੋਂ ਆਤੰਕਵਾਦੀਆਂ ਦੀ ਮਾਰੀ ਮਕਾਇਆ ਕੱਲ ਸੁਰਨਕੋਟ ਦੇ ਸਿਦੜਾ ਟਾਪ ਇਲਾਕੇ 'ਚ ਫੌਜ ਤੇ ਪੁਲਸਨ ਨੇ ਇੱਕ ਸਾਂਝਾ ਅਭਿਆਨ ਚਲਾਇਆ ਜਿਹੜਾ ਗੋਲੀਬਾਰੀ 'ਚ ਤਬਦੀਲ ਹੋਈ ਗਿਆ ਰਿਪੋਰਟ ਮੁਜੇਵ ਅਜ ਬੜਲਾ ਕੋਈ 5 ਵਜੇ ਇਸ ਟਾਕਰੇ 'ਚ 4 ਆਤੰਕਵਾਦੀ ਮਾਰੇ ਗਏ ਇਸ ਬਾਰੇ ਪੁੰਛ ਦੇ ਐਸਐਸਪੀ ਵੀਨੇ ਕੁਮਾਰ ਹੋਰੇ ਉਰ ਵਿਓਰਾ ਦਿੰਦੀ ਹੋਈ ਆਖਿਆ जिसको एग्जीक्यूट करने के बाद आपके सामने आज चार टेररिस्ट न्यूट्रलाइज्ड हैं और जिसमें रिकवरीज रिकवरी सेवन दो पिस्टल्स और बाकी असल बारूद है ये ऑपरेशन एक जीता जाता सबूत है पुलिस बाकी सिक्योरिटी फोर्सेज जिसमें थर्टी एट बेटालियन का बड़ा अहम सहयोग है हम बहुत जल्दी फिर से मिलिटेंसी फ्री घोषित कर पाएंगे ਸੁਰੱਖਿਆ ਬਲੇ ਪੁਨਛ ਜ਼ਿਲ੍ਹੇ ਚ ਇੱਕ ਤਲਾਸ਼ੀ ਅਭਿਆਨ ਦੌਰਾਨ ਆਤੰਕਵਾਦੀਆਂ ਦੀ ਇੱਕ ਛਪਨੇ ਵਾਲੀ ਥਾਰਾ ਦੀ ਤਬਾਹ ਕਰ ਦਿੱਤਾ ਤੇ ਇੱਕ ਜਨੇ ਦੀ ਭਗੜੀ ਲੱਤਾ ਇਸ ਥਾਰਾ ਥਮਾ ਤਰੇ ਗਰਨੇਟ ਤੇ ਉਰਦੂਆ ਸਮਿਆਂਨ ਵੀ ਬਰਾਮਦ ਕੀਤਾ ਗਿਆ ਇਹ ਤਲਾਸ਼ੀ ਅਭਿਆਨ ਸਾਂਝੇ ਤੌਰ ਉਪਰ ਸੈਨਾ ਤੇ ਆਤੰਗਵਾਦੀਆਂ ਖਿਲਾਫ ਕਾਰਵਾਈਆਂ ਕਰਨ ਵਾਲੇ ਸਪੈਸ਼ਲ ਆਪਰੇਸ਼ਨ ਗਰੁੱਪ ਆਸਿਆ ਕਾਲਾ ਝੂਲਾ ਦੇ ਜੰਗਲੀ ਇਲਾਕੇ 'ਚ ਸ਼ੁਰੂ ਕੀਤਾ ਗਿਆ ਤਲਾਸ਼ੀ ਅਭਿਆਨ ਦੇ ਇਸੇ ਦੇ ਤੌਰ ਉਪਰ ਸੜਕਾਂ ਉਪਰ ਚਲਰਦੀ ਗੱਟੀਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਤਲਾਸ਼ੀ ਲੱਤੀ ਜਾਤੀ ਹੈ। ریاਸਤੀ ਜਾਂਚ ਏਜੰਸੀ ਕਸ਼ਮੀਰ ਨੇ ਦੱਖਣੀ ਕਸ਼ਮੀਰ ਦੇ ਤਿੰਨ ਜ਼ਿਲ੍ਹੇ ਦੀ ਬਖ ਬਖ ਥਾਰਿਆਂ ਉਪਰ ਛਾਪੇ ਮਾਰੀ ਕੀਤੀ। ਛੋਪਈਆਂ ਦੇ ਝਕੂਰਾ ਤੇ ਸ਼ਰਮਾਲ ਇਲਾਕੇ 'ਚ ਕੁਲਗਾਮ ਦੇ ਕੈਮੋ ਤੇ ਅਨੰਤਨਾਗ ਦੇ ਮੁੱਖ ਕਸਬੇ 'ਚ ਇਹ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀਆਂ ਇਸ ਬਰ ਫਰਵਰੀ 'ਚ ਅੱਛਾ ਪੁਲਵਾਮਾ 'ਚ ਆਤੰਕਵਾਦੀਆਂ ਸਿਆ ਏਟੀਐਮ ਦੇ ਗਾਰਡ ਸੰਜੀ ਸ਼ਰਮਾ ਦੀ ਹੱਤਿਆ ਦੇ ਸਿਲਸਲੇ 'ਚ ਚੱਲਦੀ ਜਾਂਚ ਕੀ ਲਈ ਹੈ। ਕੀਤੀਆਂ ਜਾਂਚ ਦੀਆਂ ਸ਼ੋਪਿਆਂ ਜ਼ਿਲ੍ਹੇ ਚ ਤ੍ਰਉ ਪ੍ਰਵਾਸੀ ਬਿਹਾਰੀ ਮਜ਼ਦੂਰਾਂ ਉੱਪਰ ਆਤੰਕਪਦੀਆਂ ਸਿਆ ਕਿਤੇ ਦੇ ਹਮਲੇ ਦੇ ਬਾਅਦ ਜੰਮੂ ਕਸ਼ਮੀਰ ਪੁਲਸ ਨੇ ਸ਼ੋਪਿਆਂ ਦੇ ਐਸ ਐਚ ਓ ਗੁਲਾਮ ਜਿਲਾਨੀ ਭਟਗੀ ਆਤਸੇ ਦੀ ਜਾਂਚ ਦੇ ਚਲਦੇ ਰੇਂਜ ਪੁਲਿਸ ਹੈੱਡ ਕੁਆਰਟਰ ਚ ਅਟੈਚ ਕਰੀ ਦਿੱਤਾ 13 ਜੁਲਾਈ ਗੀ ਸੰਜਲ ਅਨਮੋਲ ਕੁਮਾਰ ਪਿੰਟੂ ਕੁਮਾਰ ਠਾਕੁਰ ਤੇ ਇਰਾ ਲਾਲ ਯਾਦਵ ਉਪਰ ਆਤੰਕਵਾਦੀ ਹਮਲਾ ਕਰ ਦਿੱਤਾ ਇਸ ਬਾਰੇ ਪ੍ਰਵਾਸੀ ਮਜ਼ਦੂਰਾਂ ਉਪਰ ਉਹਦਾ ਇਹ ਤ੍ਰਿਆਮ ਲੈ ਏ ਖਬਰਾਂ ਤੁਸ ਆਕਾਸ਼ਵਨੀ ਜੰਮੂ ਤੋਂ ਸੁਨਰਦੇ ਹੁਣ ਬਾਕੀ ਦੀ ਖਬਰਾਂ ਕਰਨਾ ਹੈ ਸ਼ੀਵੀ ਸੂਰੀ ਉਪ ਰਾਜਪਾਲ ਮਨੋਜ ਸੇਨਔਰਿਆ ਆਖਿਆ ਜੇ ਕਸ਼ਮੀਰ ਚ ਕਲਾ ਦਾ ਵਿਸਤਾਰ ਹੋ ਰਿਹਾ ਹੈ ਤੇ ਸਿਨੇਮਾ ਘਾਟੀ ਦੇ ਹਰ ਸ਼ਹਿਰ ਤੇ ਕਸਬੇ ਤੋੜੀ ਪੂਜੜਦਾ ਹੈ ਅੱਜ ਸ਼੍ਰੀਨਗਰ ਦੇ ਟਾਈਗਰ ਆਲਚਰ ਅੰਮ੍ਰਿਤ ਕਾਲਾ ਉਤਸਵ ਚ ਸੰਬੋਧਿਤ ਕਰਦੇ ਹੋਏ ਉਪ ਰਾਜਪਾਲ ਹੋਰੇ ਆਖਿਆ ਜੇ ਵਿਕਾਸ ਤੇ ਕਲਾ ਦੇ ਬੜਾਵੇ ਲਈ ਸ਼ਾਂਤੀ ਜ਼ਰੂਰੀ ਹੈ ਹੀ ਉਨੇ ਆਖਿਆ ਜੇ ਕਿਸੇ ਵੀ ਸ਼ਾਂਤੀ ਦੇ ਬਿਨਾਂ ਮੁਮਕਨ ਨਹੀਂ ਹੋਈ ਸਕਦਾ ਉਹਨੇ ਆਖਿਆ ਜੇ ਅੱਜ ਨੌਜਵਾਨੇ ਕੀ ਸੰਗੀਤ ਤੇ ਉਹਨੇ ਚੀਜ਼ਾਂ ਦਾ ਆਨੰਦ ਲੈਂਦੇ ਦਿਖਿਆ ਜਾイ ਸਕਦਾ ਹੈ ਕਲਾ ਕੋਈ ਸਰਹਦ ਨਹੀਂ ਜਾਣਦੀ ਹੈ ਤੇ ਇਹ ਸ਼ਾਂਤੀ ਪ੍ਰਦਾਨ ਕਰਦਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਉਦਮਪੁਰ ਦੇ ਮੀਆਂ ਬਾਗ ਇਲਾਕੇ ਕਸ਼ ਪਸੀਆਂ ਪਾਉਣੇ ਕਰੀ ਜਮੀਨਾਂ ਏਠ ਦਬਾਉਣੇ ਕਰੀ ਦੋ ਨਿਰਮਾਨ ਕੰਮ ਕਰਨ ਵਾਲੇ ਮਜ਼ਦੂਰ ਮਾਰੇ ਗਏ ਨੇ ਤੇ ਪੰਜ ਹੋਰ ਨੇ ਜ਼ਖਮੀ ਹੋਏ ਕਿਨਾ ਇਹ ਹਾਦਸਾ ਉਸਲੇ ਪੇਸ਼ ਆਇਆ ਜਿਸਲੇ ਇੱਕ ਨਿਜੀ ਇਮਾਰਤ ਦੇ ਨਿਰਮਾਨ ਕੰਮ ਮਚ ਲੱਗੇ ਤੇ 11 ਮਜ਼ਦੂਰ ਚਾਂਚਕ ਪਸੀਆਂ ਦੀ ਜ਼ਾਦ ਚ ਆਏ ਕਿ ਸੂਚਨਾ ਥੋਣੇ ਦੇ ਬਾਅਦ ਉਦਮਪੁਰ ਦੇ ਪੁਲ ਸਟੇਸ਼ਨ ਦੇ ਪੁਲਸ ਇਨਡੀਆ ਰਫ ਸੀਆਰਪੀਐਸ ਕਰਮੀ ਮੌਕੇ ਪਰ ਪੁੱਜੀਏ ਤੇ ਵੱਡਾ ਤਪਾਸ਼ੀ ਤੇ ਬਚਾਅ ਅਭਿਆਨ ਸ਼ੁਰੂ ਕੀਤਾ ਪੰਜ ਲੋਕਾਂ ਦੀ ਜਿੰਦਾ ਬਚਾਈ ਲੈਤਾ ਗਿਆ ਤੇ ਮਕਾਮੀ ਸਰਕਾਰੀ ਹਸਪਤਾਲ ਜ਼ਿਲ੍ਹਾ ਹਸਪਤਾਲ ਉਦੰਪੁਰ ਇਲਾਜ ਲਈ ਲਜਾਇਆ ਗਿਆ ਅਜੇ ਥੋੜੀ ਮਲਬੇ ਥਮਾ ਡਾਊਨ ਲੋਥਾ ਬਰਾਮਦ ਹੋਈਆਂ ਨਾ ਬਚਾਅ ਅਭਿਆਨ ਚਲਾਰਦਾ ਹੈ ਦੱਸਿਆ ਜਾਂਦਾ ਹੈ ਜੇ ਕਿ ਖੇਤਾਂ ਚ ਪਿਛਲੇ ਕਿਸ਼ ਦਿਨਾਂ ਥਮਾ ਭਾਰੀ ਬਰਖੇ ਕਰੀ ਬੀ ਜ਼ਮੀਨੀ ਹਲਾਤ ਤਾਈ ਇਹ ਹਾਦਸਾ ਪੇਸ਼ ਆਇਆ ਹੈ ਹਾਜ ਜਤਰਾ ਦੇ ਸੰਪੰਨ ਹੋਣੇ ਕਰਨੇਗੇ ਅਜ ਸ਼੍ਰੀਨਗਰ ਵਾਈ ਅਡੇਪਰਾ ਇਹਦਾ ਪਹਿਲਾ ਜਥਾ ਵਾਪਸ ਪਰਤੋ ਹੀ ਗਿਆ ਅਧਿਕਾਰੀਆਂ ਆਖਿਆ ਜੇ ਕਿ ਦੁਵਾਰੀਆਂ ਬੜ ਲਗੇ ਅਵਾਈ ਅਡੇਪਰਾ ਪੂਜਨਾ ਸ਼ੁਰੂ ਹੋਈ ਗਈਆਂ ਇਸ ਮੌਕੇ ਕਸ਼ਮੀਰ ਦੇ ਡਿਵੀਜ਼ਨਲ ਕਮਿਸ਼ਨਰ ਵਿਜੇ ਕੁਮਾਰ ਬਿਧੌਰੀ ਕੇਂਦਰੀ ਬਲੇ ਦੇ ਡੀਆਈਜੀ ਸੁਜੀਤ ਕੁਮਾਰ ਤੇ ਬੜਗਾਮ ਦੇ ਡੀਸੀ ਅਕਸ਼ੇ ਲਬਰੂਰੇ ਪਹਿਲੇ ਜੱਥੇ ਦਾ ਸ਼੍ਰੀ ਨਗਰ ਵਾਈਟ ਦੇ ਪੁੱਜਨੇ ਪਰਾ ਨਿੱਕਾ ਸਵਾਗਤ ਕੀਤਾ। ਤੁਹੀਂ ਕੋਈ 630 ਜ਼ਾਇਰਿਨ ਅੱਜ ਕਰੀਏ ਅੱਜ ਵਾਪਸ ਪਰਤਵਾਰ ਦੇਣਾ। ਸਾਊਦੀ ਅਰਬ ਤੋਂ ਸ਼੍ਰੀ ਨਗਰ ਲਈ ਆਜ ਡਵਾਰੀਆਂ ਅੱਜ ਤੁਮਾ 2 ਅਗਸਤ ਤੋੜੀ ਜਾਰੀ ਰੂੰਗਣ। ਜ਼ਿਲ੍ਹਾ ਕਠਵਾ ਦੇ ਜੰਮੂ ਕਸ਼ਮੀਰ ਇਮਾਰਤ ਦੇ ਉਰਨੇ ਨਿਰਮਾਨ ਕੰਮ ਕਰਨ ਵਾਲੇ ਕਾਮਗਾਰੇ ਸਰਬੰਦੀ ਕਲਿਆਣ ਬੋਰਡ ਤਹਿਤ ਕੋਈ 14000 ਕੁਲਾਮਤੇ ਕਾਮਗਾਰੇ ਗੀ ਪੰਜੀਕ੍ਰਿਤ ਕੀਤਾ ਗਿਆ ਹੈ। ਬਚੇ ਦੇ ਕਾਮਕਾਰ ਵੀ ਮੋਬਾਈਲ ਫੋਨ ਉੱਪਰ ਆਨਲਾਈਨ ਅਰਜ਼ੀ ਦੇ ਸਕਦੇ ਹਨ ਇਸ ਤਾਈ ਜਕੇ ਬੀਓਸੀਡਬਲਬ ਕਠੂਆ ਦੀਆਂ ਸਹਾਇਕ ਸ਼੍ਰਮ ਆਯੁਕਤ ਸੁਸ਼ਰੀ ਬ੍ਰਿਜਨੀਸ਼ ਕੁਮਾਰੀਓਰੇ ਇੱਕ ਗੱਲ ਇੱਕ ਜਾਗਰੂਕਤਾ ਕਾਰਜਕ੍ਰਮ ਦੌਰਾਨ ਆਖੀ ਜਿਸ ਤਾਈ ਕਾਮਾਰੇ ਗੀ ਜੰਮੂ ਕਸ਼ਮੀਰ ਇਮਾਰਤਾਂ ਤੇ ਉੜਨੇ ਨਿਰਭਾਨ ਸਰਵੰਧੀ ਕਾਮਕਾਰ ਕਲਿਆਣ ਬੋਰਡ ਦੀਆਂ ਬਖ ਬਖ ਯੋਜਨਾਏ ਦੇ ਬਾਰੇ ਜਾਗਰੂਕ ਕਰਾਇਆ ਗਿਆ जो अभी तक रजिस्टर नहीं हो पाए हैं उनसे मेरा अनुरोध रहेगा कि वो किसी भी खिदमत सेंटर से या अपने अपने मोबाइल से जेके बी ओ सी डॉट जी ओ वी डॉट इन पर अप्लाई करें उसमें उनको रजिस्ट्रेशन के लिए एप्लीकेशन फॉर्म भरना है और उसके अलावा डेट ऑफ बर्थ जिसमें स्कूल लिविंग सर्टिफिकेट लेते हैं हम जहाँ मेडिकल बोर्ड का जो डेट ऑफ बर्थ सर्टिफिकेट है वो रहता है और उसके अलावा नब्बे दिन का काम किया होना चाहिए उनको प्रीसीडिंग ईयर का वो भी एक सर्टिफिकेट उनको अपलोड उसमें करना पड़ता है रुटराड़े का एक कार्यक्रम अज डोगरी साहित्य सभा कुप्पड़ प्रगालता च आयोजित किया गया इस मौके बीजेपी नेता सोमनाथ खजूरिया डीडीसी अध्यक्ष रहमत अली મંડલ પ્રધાન અજય તે હો મકામી ગ્રામીણ ઉત્ મજૂદ હે ભી નેતા સોમનાથ ખજૂરિયા હો ડોગરી ભાષા અને સંસ્કૃતિ બઢાવે લોર દાતા ਅਪਰਾਧਿਕ ਸ਼ਾਖਾ ਜੰਮੂ ਦੇ ਆਰਥਿਕ ਜੁਰਮ ਸਰਬੰਦੀ ਸੀਕੇ ਨੇ ਜਨ ਸੁਰੱਖਿਆ ਕਾਨੂੰਨ ਪੀਐਸਏ ਤਹਿਤ ਜਾਲ ਸਾਜ਼ਗੀ ਫਗੜਨੇ ਦੀ ਸਿਫਾਰਿਸ਼ ਕੀਤੀ ਹੈ ਜੰਮੂ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਸਰੂਪ ਲਾਲ ਨਾ ਦੇ ਇੱਕ ਜਾਲ ਸਾਜ਼ ਜਿਦੇ ਖਿਲਾਫ 9 ਐਫਆਈਆਰ ਦਰਜ ਨ ਤੇ ਜੰਮੂ ਦੀ ਅਪਰਾਧਿਕ ਸ਼ਾਖਾ ਚ ਦੋ ਸ਼ੁਰੂਆਤੀ ਜਾਂਚ ਪੜਤਾਲ ਚਲਾ ਰਹੀ ਹੈ ਖਿਲਾਫ ਫਗੜਨੇ ਦੇ ਆਦੇਸ਼ ਜਾਰੀ ਕੀਤੇ ਨਾ ਸਰੂਪ ਲਾਲ ਜਿਹੜਾ ਜੇ ਸਾਬਕਾ ਸੇਵਾ ਕਰਮੀ ਹੈ ਜਿਹਦੇ ਖਿਲਾਫ 2006 ਚ ਪਹਿਲੀ ਐਫਆਈਆਰ ਜੰਮੂ ਦੇ ਕ੍ਰਾਈਮ ਬ੍ਰਾਂਚ ਦਰਜ ਕੀਤੀ ਗਈ ਹੀ ਉਸਲੇ ਉਹਨੇ ਝੂਠੇ ਤੇ ਜਾਲੀ ਨਿਯੁਕਤੀ ਵਾਲੇ ਆਦੇਸ਼ ਬਣਾਏ ਹੈ ਲਾਲ ਨੇ ਕੋਈ 19 ਬੇਰੋਜ਼ਗਾਰੇਂ ਗੀ ਆਪਣੇ ਜਾਲ ਚ ਫਸਾਇਆ ਤੇ ਧੋਖੇ ਕਰਨੇ ਲੱਖਾਂ ਰੁਪਏ ਦੀ ਜਾਲਸਾਜ਼ੀ ਵੀ ਕੀਤੀ ਇਹਦੇ ਕੰਨੇ ਸਬੰਧਿਤ ਕਿਸ਼ ਓੜ ਨੇ ਲੋਕੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਤੇ ਕਿਸ਼ ਦੀ ਜਾਂਚ ਚਲਾਰਦੀ ਹੈ ਜੰਮੂ ਕਸ਼ਮੀਰ ਦੇ ਅਪਰਾਧਿਕ ਸਰਬੰਦੀਵ ਮੁਖਿਆਲੇ ਪਾਸਿਆਂ ਇਹਦੇ ਬਖ ਬਖ ਸੀਗੇ ਲਈ ਇਹਨੇ ਕੰਮ ਕਰਨ ਵਾਲੇ ਖਿਲਾਫ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਨਾ ਕੀ ਚ ਖਾਸ ਖਾਸ ਖਬਰ ਹੈ ਇੱਕ ਪਰਿਪਰਤੀ ਹੈ ਪ੍ਰਧਾਨ ਮੰਤਰੀ ਮੋਦੀਔਰੇ ਬੰਗਲੌਰ ਵਿੱਚ ਵਿਪਕਸ਼ੀ ਪਾਰਟੀਆਂ ਦੀ ਮੀਟਿੰਗ ਉਪਰ ਹਮਲਾ ਬੋਲਦੋਈ ਇਸੇ ਭ੍ਰਸ਼ਟਾਚਾਰੀਆਂ ਦਾ ਗੱਠ ਚੋਟ ਦਸਿਆ ਪੁਨਛ ਜ਼ਿਲ੍ਹੇ ਚ ਅੱਜ ਵੱਡ ਲਿਆ ਸੁਰੱਖਿਆ ਬਲ ਨੇ ਕਰਨਾ ਹੋਇਆ ਇਹਦੇ ਟਾਕਰੇ ਚ ਚਾਰ ਆਤੰਕਵਾਦੀ ਮਾਰੇ ਗਏ। ਰਿਆਸਤੀ ਜਾਂਚ ਏਜੰਸੀਆ ਸਿਆ ਦੱਖਣੀ ਕਸ਼ਮੀਰ ਦੇ ਤਰ੍ਹਾਂ ਜ਼ਿਲ੍ਹੇ ਚ ਸੰਜੇ ਸ਼ਰਮਾ ਤੇ ਆ ਦੇ ਮਾਮਲੇ ਦੀ ਜਾਂਚ ਦੇ ਚੱਲਦੇ ਛਾਪੇਮਾਰੀ ਕੀਤੀ ਗਈ। ਉਦੋਂਪੁਰ ਜ਼ਿਲ੍ਹੇ ਚ ਨਿਰਮਾਣ ਵਾਲੀ ਥਾੜਾ ਪਰ ਮੀਆਂ ਬਾਗ ਇਲਾਕੇ ਚ ਪੱਸੀਆਂ ਪਾਉਣੇ ਕਰੀ। ਦੋ ਮਜ਼ੂਰੇ ਦੀ ਮੌਤ ਹੋ ਗਈ ਤੇ ਪੰਜ ਜ਼ਖਮੀ ਹੋਏ। ਇਹਦੇ ਕਨੇ ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੋਇਆ।